ਗ੍ਰੰਥੀ ਸਿੰਘ, ਜਦੋਂ ਵੀ ਇਹ ਲਫ਼ਜ਼ ਅਸੀਂ ਸੁਣਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਕਈ ਖਿਆਲ ਆਉਂਦੇ ਨੇ, ਔਰ ਇਹ ਖਿਆਲ ਸਿੱਖੀ, ਗੁਰਮਤ, ਬਾਣੀ, ਬਾਣੇ ਇਹਨਾਂ ਸਭ ਦੇ ਨਾਲ ਸੰਬੰਧ ਰੱਖਦੇ ਨੇ। ਜਿੱਥੇ ਅਸੀਂ ਉਮੀਦ ਕਰਦੇ ਹਾਂ ਕਿ ਗ੍ਰੰਥੀ ਸਿੰਘ ਸਾਡੀ ਪਨੀਰੀ ਨੂੰ ਸਿੱਖੀ ਸਿਦਕ ਨਾਲ ਜੋੜੀ ਰੱਖਣ, ਸਾਡੀ ਕੌਮ ਦਾ ਪੰਥ ਦਾ ਪ੍ਰਚਾਰ ਕਰਨ, ਉੱਥੇ ਹੀ ਕੀ ਅਸੀਂ ਸੋਚਦੇ ਹਾਂ ਕਿ ਉਹਨਾਂ ਦੀ ਮੰਥਲੀ ਇਨਕਮ ਕਿੰਨੀ ਹੈ, ਕਿ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ, ਕਿ ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਦੇ ਬੱਚੇ ਅੱਛੀ ਐਜੂਕੇਸ਼ਨ ਲੈ ਸਕਦੇ ਨੇ ਕਿ ਨਹੀਂ। ਬਹਰਹਾਲ ਅਸੀਂ ਅੱਜ ਇੱਕ ਇਹੋ ਜਿਹੇ ਪਰਿਵਾਰ ਦੇ ਨਾਲ ਮੁਲਾਕਾਤ ਕਰਾਂਗੇ ਜਿਨ੍ਹਾਂ ਦਾ ਬੱਚਾ ਅਕਾਲ ਅਕੈਡਮੀ ਮੰਡੇਰ ਡੋਨਾ ਦੇ ਵਿੱਚ ਪੜ੍ਹਦਾ ਹੈ। ਹੀ ਇਜ਼ ਗੈਟਿੰਗ ਫ੍ਰੀ ਐਜੂਕੇਸ਼ਨ ਐਂਡ ਹੀ ਇਜ਼ ਰੀਅਲੀ ਕਮਿੰਗ ਆਊਟ ਐਜ਼ ਐਨ ਆਲਰਾਊਂਡਰ, ਜੋ ਕਿ ਗੱਤਕਾ ਵੀ ਖੇਡਦਾ ਹੈ, ਜੋ ਕਿ ਤਬਲਾ ਵੀ ਵਜਾਉਂਦਾ ਹੈ, ਬਾਣੀ ਔਰ ਬਾਣੇ ਦੇ ਨਾਲ ਜੁੜਿਆ ਹੋਇਆ ਹੈ, ਅੱਛੀ ਅੰਗਰੇਜ਼ੀ ਵੀ ਬੋਲਦਾ ਔਰ ਪੜ੍ਹਾਈ ਦੇ ਵਿੱਚ ਵੀ ਹੋਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਨੇਮ ਇਜ਼ ਗੁਰਪ੍ਰੀਤ ਸਿੰਘ, ਆਈ ਰੀਡ ਇਨ 8th ਕਲਾਸ। ਮਾਈ ਫਾਦਰ ਨੇਮ ਇਜ਼ ਕੁਲਦੀਪ ਸਿੰਘ, ਮਾਈ ਮਦਰ ਨੇਮ ਇਜ਼ ਮਨਜੀਤ ਕੌਰ, ਐਂਡ ਮਾਈ ਫੇਵਰੇਟ ਗੇਮ ਇਜ਼ ਫੁੱਟਬਾਲ, ਹਾਕੀ ਐਂਡ ਵਾਲੀਬਾਲ। ਮਾਈ ਫੇਵਰੇਟ ਫੂਡ ਮੱਕੀ ਦੀ ਰੋਟੀ ਐਂਡ ਸਾਗ, ਇਹ ਮੈਨੂੰ ਖਾ ਕੇ ਬੜਾ ਸਵਾਦ ਹੁੰਦਾ ਹੈ। ਮੈਨੂੰ ਤਬਲਾ ਵਜਾਉਣਾ ਬਹੁਤ ਵਧੀਆ ਲੱਗਦਾ ਹੈ। ਜਦੋਂ ਅਕੈਡਮੀ ਵਿੱਚ ਕੀਰਤਨ ਹੁੰਦਾ ਹੈ ਤਾਂ ਮੈਂ ਉਹਨਾਂ ਦੇ ਨਾਲ ਤਬਲਾ ਵਜਾਉਂਦਾ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ। ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੇਰਾ ਬੇਟਾ ਗੁਰਪ੍ਰੀਤ ਸਿੰਘ ਮਾਤਾ ਭੋਲੀ ਸਕੀਮ ਵਿੱਚ ਇਹ ਹਨ ਜੋ ਕਿ ਸਕੂਲ ਵੱਲੋਂ ਪ੍ਰੋਵਾਈਡ ਹੈ, ਔਰ ਮੈਨੂੰ ਬੜਾ ਮਾਣ ਹੈ ਕਿ ਇਸ ਸਕੂਲ ਦੇ ਵਿੱਚ ਪੜ੍ਹਨ ਦੇ ਨਾਲ ਜੋ ਕਿ ਇੱਕ ਬੱਚੇ ਨੂੰ ਪੇਰੈਂਟਸ ਨੂੰ ਜੋ ਟੀਚਿੰਗ ਦੇਣੀ ਪੈਂਦੀ ਸੀਗੀ ਆਪਣੇ ਇਤਿਹਾਸ ਵਾਸਤੇ, ਗੁਰ ਇਤਿਹਾਸ ਵਾਸਤੇ, ਉਹ ਸਭ ਤੋਂ ਵੱਡੀ ਇਹ ਉਪਰਾਲਾ ਸਕੂਲ ਵੱਲੋਂ ਹੀ ਹੈ, ਅਕਾਲ ਅਕੈਡਮੀ ਵੱਲੋਂ ਹੈ। ਪੰਜਾਬ ਬਾਣੀਆਂ ਦਾ ਨਿਤਨੇਮ ਕਰਵਾਇਆ ਜਾਂਦਾ ਹੈ, ਔਰ ਇਹ ਜੋ ਔਰਗਨਾਈਜੇਸ਼ਨ ਚਲਾ ਰਹੇ ਹਨ ਜਿਹੜੀ ਇਹ ਟੀ, ਉਹਨਾਂ ਦਾ ਵੀ ਬੜਾ ਧੰਨਵਾਦ ਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਗਾਂਹ ਆਉਣ ਲਈ ਪ੍ਰੇਰਿਤ ਕਰਦੇ ਹਨ। ਅਸੀਂ ਉੱਚੇ ਪੱਧਰ 'ਤੇ ਸ਼ਿਕਸ਼ਾ ਨਹੀਂ ਬੱਚਿਆਂ ਨੂੰ ਦੇ ਸਕਦੇ, ਇੱਕ ਗਰੀਬ ਜਿਹੜਾ ਹੈ ਉਹ ਗੌਰਮੈਂਟ ਸਕੂਲ ਤੱਕ ਹੀ ਬੱਚੇ ਨੂੰ ਭੇਜ ਸਕਦਾ। ਅਸੀਂ ਉਸ ਪੱਧਰ 'ਤੇ ਨਹੀਂ ਪਹੁੰਚੇ, ਪਰ ਸਾਨੂੰ ਉੱਥੇ ਜਾ ਕੇ ਬੜਾ ਮਾਣ ਹੁੰਦਾ ਜਦੋਂ ਸਟੂਡੈਂਟ ਐਂਡ ਟੀਚਰ ਜਦੋਂ ਆਪਸ ਦੇ ਵਿੱਚ ਇੰਗਲਿਸ਼ 'ਚ ਗੱਲਾਂ ਕਰਦੇ ਹਨ। ਸਾਨੂੰ ਬੜਾ ਮਾਣ ਹੁੰਦਾ ਕਿ ਜੋ ਅਸੀਂ ਨਹੀਂ ਕਰ ਸਕੇ ਉਹ ਸਾਡੇ ਬੱਚੇ ਕਰਨਗੇ। 5 ਮਿੰਟ ਪਹਿਲਾਂ ਜਦੋਂ ਮੈਂ ਇਸ ਬੱਚੇ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਇਹਨੇ ਇੱਕ ਬਹੁਤ ਹੀ ਅੱਛੀ ਗੱਲ ਦੀ ਸਾਂਝ ਮੇਰੇ ਨਾਲ ਕੀਤੀ ਜੋ ਮੈਂ ਚਾਹੁੰਦਾ ਕਿ ਗੁਰਪ੍ਰੀਤ ਆਪ ਸਾਰਿਆਂ ਨਾਲ ਵੀ ਸ਼ੇਅਰ ਕਰੇ। ਮੈਂ ਚਾਹੁੰਦਾ ਹਾਂ ਕਿ ਵੱਡਾ ਹੋ ਕੇ ਮੈਂ ਇਸ ਲਾਇਕ ਬਣ ਸਕਾਂ ਕਿ ਮੈਂ ਲੋੜਵੰਦਾਂ ਦੀ ਮਦਦ ਕਰਾਂ ਜੋ ਕਿ ਸਾਡੇ ਗੁਰੂ ਸਾਹਿਬ ਨੇ ਸਿਖਾਇਆ। ਬਹੁਤ ਵਧੀਆ। ਸੋ ਇੰਨੇ ਉੱਚੇ ਸੁੱਚੇ ਵਿਚਾਰਾਂ ਵਾਲਾ ਬੱਚਾ, ਮੇਰਾ ਇਹ ਮੰਨਣਾ ਹੈ ਕਿ ਅੱਜ ਇਸ ਬੱਚੇ ਨੂੰ ਅਗਰ ਅਸੀਂ ਸਪੋਰਟ ਕਰਦੇ ਹਾਂ, ਇਸ ਦੀ ਐਜੂਕੇਸ਼ਨ ਦਾ ਜ਼ਿੰਮਾ ਅਗਰ ਅਸੀਂ ਚੁੱਕਦੇ ਹਾਂ, ਕੱਲ੍ਹ ਨੂੰ ਇਹ ਬੱਚਾ, ਇੱਕ ਗੁਰਸਿੱਖ ਬੱਚਾ ਅੱਗੇ ਵੱਧ ਕੇ ਡਾਕਟਰ, ਇੰਜੀਨੀਅਰ, ਸਾਇੰਟਿਸਟ ਜਾਂ ਕੁਝ ਅੱਛਾ ਮੁਕਾਮ ਹਾਸਿਲ ਕਰਦਾ ਹੈ, ਤਾਂ ਸੋਚੋ ਕਿ ਇਹ ਚਾਹੁੰਦਾ ਹੈ ਕਿ ਕੱਲ੍ਹ ਨੂੰ ਇਸ ਲਾਇਕ ਬਣ ਕੇ ਇਹ ਵੀ ਲੋੜਵੰਦਾਂ ਦੀ ਮਦਦ ਕਰ ਸਕੇ। ਅਤੇ ਮੈਂ ਆਪ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਸਪੋਰਟ ਕਰੋ ਗੁਰਪ੍ਰੀਤ ਸਿੰਘ ਨੂੰ, ਇਸ ਦੀ ਐਜੂਕੇਸ਼ਨ ਦਾ ਜ਼ਿੰਮਾ ਚੁੱਕੋ। ਸਪੋਂਸਰਸ਼ਿਪ ਦੇ ਲਈ ਸਕਰੀਨ 'ਤੇ ਆ ਰਹੇ ਨੰਬਰਸ ਜਾਂ ਵੈਬਸਾਈਟ ਦੇ ਥਰੂ ਤੁਸੀਂ ਕੰਟੈਕਟ ਕਰ ਸਕਦੇ ਹੋ। ਔਰ ਇੱਕ ਗੱਲ ਨੂੰ ਨਾ ਭੁੱਲਣਾ, ਨੇਕੀ ਕਰਨਾ ਗੁਰੂ ਨਾਨਕ ਨੂੰ ਪਾਉਣਾ ਹੈ, ਐਂਡ ਯੋਰ ਵਨ ਗੁੱਡ ਡੀਡ ਕੈਨ ਚੇਂਜ ਸੰਬਡੀਜ਼ ਲਾਈਫ।